हाँ जी, मैं गुरपाल सिंह एक्सन हाईवेज कंपनी हैडक्वार्टर जलाल तो। दोस्तों अज असी पहुंचे हाँ बई गुरतेज सिंह भुल्लर, इन्हों का पिंड हैगा जी घंटा बन्ना, तहसील फूल तो जिला बठिंडा। आपां मक्की इन्हां नूं बिजाई सी एक्सन हाईवेज प्राइवेट लिमिटेड कंपनी की 20-33। सो इहदा किस तरह का रिजल्ट रहा बाई नाल आपां गल्लां बातां करदे हां। छल्ली बहुत वधिया गई, कद बहुत वधिया गा, ते बाकी आपां बाई अगे भी मक्की बीजदा, इहदे होर भी वरायटियां बीजदे आ, ते हुण आपां बाई नाल गल्लां करांगे इक दो। हाँ जी बाई जी, सति श्री अकाल। सति श्री अकाल बाई जी। अच्छा बाई जी, तुसीं अगे भी मक्की बीजदे हो, मक्की दी बिजाई करदे हो? हाँ जी, असीं पहलां 1844 लाउंदे सी। ठीक है जी। 1844 दा थोड़ा जिहा बीज महंगा पै रिहा सी। पॉइनर कंपनी दी? पॉइनर कंपनी दी। ठीक है जी। ਐਤੀ ਵਾਰ ਚਲੋ ਤੁਸੀਂ ਸਾਨੂੰ ਫਰਮਾਇਸ਼ ਕਰੀ ਵੀ ਆਪਾਂ ਆਹ ਬੀ ਲਵਾਉਣਾ ਤੁਹਾਡੇ। ਹਾਂਜੀ ਹਾਂਜੀ, ਅਸੀਂ ਤੁਹਾਡੇ ਕਹਿਣ 'ਤੇ ਬੀ ਲਾਇਆ। ਠੀਕ ਹੈ ਜੀ। ਅਤੇ ਬਹੁਤ ਹੀ ਵਧੀਆ ਰਿਜ਼ਲਟ ਆ, ਬਹੁਤ ਹੀ ਵੱਡੀ ਛੱਲੀ। ਹਾਂਜੀ। ਅਤੇ ਬਹੁਤ ਹੀ ਦਾਣੇ ਇਹਦੇ ਪਏ ਵੇ ਆ, ਜਿਹੜੇ ਹਿਸਾਬ ਨਾਲ ਜਾਂ ਗਰਮੀ ਪਈ ਵੀ ਆ, ਜਿਵੇਂ ਐਤੀ ਮੱਕੀਆਂ ਨੂੰ ਗਰਮੀ ਪਈ ਆ, ਅਸੀਂ ਕਿਉਂ ਮੱਕੀਆਂ ਵੱਢਦੇ ਹਾਂ ਚਾਰ ਪਾਉਣ ਵਾਲੀ ਮਸ਼ੀਨ ਆਪਣੇ ਕੋਲ। ਬਿਲਕੁਲ ਜੀ, ਨਿੱਤ ਮੱਕੀ 'ਚ ਹੀ ਰਹਿੰਦੇ ਹਾਂ, ਅਤੇ ਮੱਕੀਆਂ ਇਹੋ ਜਿਹੀ ਕੋਈ ਵੀ ਮੱਕੀ ਨਹੀਂ ਆਈ। ਠੀਕ ਹੈ ਜੀ। ਆਹ ਮੇਰੇ ਨਾਲ ਹੀ 3 ਕਿੱਲੇ ਮੱਕੀ ਦੇ ਖੜੇ 1844 ਦੇ। ਠੀਕ ਹੈ ਜੀ। ਉਹਦੇ ਨਾਲੋਂ ਇਹ 8-9 ਦਿਨ ਦਾ ਫਰਕ ਆ, ਬਾਅਦ 'ਚ ਬੀਜੀ ਆ। ਬਾਅਦ 'ਚ ਬੀਜੀ ਆ, ਉਹ ਹਰੀ ਹੋਈ ਵੀ ਸੀ, ਇਹ ਬੀਜੀ ਆ। ਠੀਕ ਹੈ ਜੀ। ਉਹ 22 ਤਰੀਕ ਦੀ ਆ, ਇਹ 30 ਤਰੀਕ ਨੂੰ ਪਾਣੀ ਲੱਗਿਆ ਇਹਨੂੰ, 27 ਨੂੰ ਬੀਜ ਕੇ। ਠੀਕ ਹੈ ਜੀ। ਉਹਦੇ ਨਾਲੋਂ ਇਹਦਾ ਕੱਦ ਦਾ ਵੀ ਫਰਕ ਪਾ ਗਈ। ਕੱਦ ਕਿੰਨਾ ਤੁਹਾਨੂੰ ਲਗਭਗ ਹੈਗਾ? ਕੱਦ 10-10.5 ਤੇ ਵੀ ਕੋਈ ਡਾਂਡਾ ਜਾ ਸਕਦਾ, 10.5 ਤੇ ਵੀ 10 ਤਾਂ ਹੈਗਾ ਹੀ ਹੈਗਾ ਗਾ, ਯਾਨੀ 10+ ਇਹਦਾ ਕੱਦ ਹੈਗਾ। ਹਾਂ, +10। ਬਾਕੀ ਦੇਖੋ ਟਾਂਡਾ, ਦੇਖੋ ਜੀ ਟਾਂਡਾ, ਮਤਲਬ ਪੰਜਾ ਟਾਂਡਾ ਮਜ਼ਬੂਤ ਬਹੁਤ ਹੈ, ਯਾਨੀ ਜਿਹੜਾ ਮੈਨੂੰ ਇਹਦਾ ਰਿਜ਼ਲਟ ਮਿਲਿਆ ਇਹਦਾ ਇੱਕ ਵੀ ਪੱਤਾ ਨਹੀਂ ਸੁੱਕਿਆ ਗਾ। ਠੀਕ ਹੈ ਜੀ। ਧੁਰ ਤੋਂ ਸਾਰੀ ਹਰੀ ਖੜੀ ਆ, ਕਾਲੀ ਖੜੀ ਆ ਮੱਕੀ, ਕੋਈ ਇਹਦੇ 'ਚ ਮੈਂ ਰੇਹ ਨਹੀਂ ਬਾਹਲਾ ਪਾਇਆ। ਠੀਕ ਹੈ ਜੀ। ਵਧੀਆ ਸਾਦੀ ਮਿਹਨਤ ਕਰੀ ਆ ਇਹਦੇ 'ਚ, ਆਪਦੇ ਪਸ਼ੂਆਂ ਨੂੰ ਪਾਉਣੀ ਆ। ਹਾਂਜੀ ਹਾਂਜੀ। ਕੋਈ ਆਪਾਂ ਬਾਹਲਾ ਰੇਹਦਾ ਨਹੀਂ ਆਖਿਆ ਵੀ ਆਪਾਂ ਬਾਹਲਾ ਰੇਹ ਪਾ ਕੇ ਵਧਾਉਣੀ ਆ, ਜਾਂ ਮਤਲਬ ਪਸ਼ੂਆਂ ਨੂੰ ਅਚਾਰ ਵਾਸਤੇ ਚਾਹ। ਹਾਂ, ਅਚਾਰ ਬਣਾਉਣਾ ਗਾ ਆਪਾਂ, ਕੱਲ ਨੂੰ ਲਾਉਣੀ ਆ ਮਸ਼ੀਨ, ਕੱਲ ਨੂੰ ਬਣਾ ਦੇਣਾ ਗਾ। ਬਾਕੀ ਜੇ ਤੁਸੀਂ ਇਹਦਾ ਝਾੜ ਵੀ ਜੇ ਤੁਸੀਂ ਗ੍ਰੇਨ ਪਰਪਸ ਪਕਾਉਣੀ ਵੀ ਹੋਊਗੀ ਤਾਂ ਵੀ ਇਹਦਾ ਝਾੜ ਬਹੁਤ ਵਧੀਆ। ਹਾਂ, ਝਾੜ ਬਹੁਤ ਵਧੀਆ ਰਹੂਗਾ ਇਹਦਾ। ਹਾਂਜੀ, ਝਾੜ ਇਹਦਾ 40-42 ਕੁਇੰਟਲ ਤਾਂ ਹੀ ਜਾਊਗਾ। ਠੀਕ ਹੈ ਜੀ। ਤੇ ਇਹਦਾ ਅੱਜ ਇਹਨੂੰ 75 ਦਿਨ ਹੋ ਗਏ। 75 ਦਿਨ ਚ ਸਾਇਲਜ ਵਾਸਤੇ ਬਿਲਕੁਲ ਤਿਆਰ ਆ, ਬਿਲਕੁਲ ਤਿਆਰ। ਇੱਕ ਦੋ ਦਿਨ ਨਗਾ ਵੀ ਸਕਦੇ ਹਾਂ। ਹਾਂਜੀ ਹਾਂਜੀ, ਪਾ ਵੀ ਸਕਦੇ। ਠੀਕ, ਯਾਨੀ ਕਿ ਹੁਣ ਮਸ਼ੀਨ ਦਾ ਕਸ ਕੇ ਮੌਸਮ ਦਾ ਕਾਰਨ ਕਰਕੇ ਵੀ 4-75 ਦਿਨਾਂ ਤੇ ਕੱਲ ਨੂੰ, ਤੇ 75 ਦਿਨਾਂ ਤੇ ਪਿਛਲੀ ਵਾਰ ਮੈਂ 1844 ਦਾ ਪਾਇਆ। ਅੱਛਾ ਜੀ, ਅਸੀਂ ਐਕਸਨ ਹਾਈਵੇਜ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਤੁਹਾਡੇ ਕੋਲ ਅੱਗੇ ਵੀ ਆਉਂਦੇ ਰਹਿੰਦੇ ਪਿੰਡ 'ਚ ਪ੍ਰਚਾਰ ਕਰਦੇ ਹਾਂ। ਹੁਣ ਤੁਸੀਂ ਹੋਰ ਫਾਰਮਰ ਭਰਾ ਜਿਹੜੇ ਆਪਣੇ ਕਿਸਾਨ ਭਰਾ ਗਏ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਵੋਗੇ, ਕੀ ਕਹਿਣਾ ਚਾਹੁੰਦੇ? ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਬਹੁਤ ਹੀ ਵਧੀਆ ਇਹ ਵੀ ਪੈਸੇ ਦੇ ਹਿਸਾਬ 'ਚ, ਹਾਂਜੀ, ਵਧੀਆ ਰਿਜ਼ਲਟ ਮਿਲਿਆ ਆਪਾਂ ਨੂੰ। ਠੀਕ ਹੈ ਜੀ। ਬਿਜਾਈ ਇਹਦੀ 1600 ਨਾਲ ਹੋਈ ਆ। ਹਾਂਜੀ, ਮੰਨ ਕੇ ਚੱਲੋ ਉਹਦੀ ਬਿਜਾਈ ਹੁੰਦੀ ਆ 3,37,000 ਨਾਲ। ਠੀਕ ਹੈ ਜੀ। ਇਹਦੀ 1600 ਨਾਲ ਹੋਈ ਆ, ਇਹ 800 ਦੀ ਥੈਲੀ, 850 ਦੀ ਪਈ ਆਪਾਂ ਨੂੰ। ਹਾਂਜੀ ਹਾਂਜੀ। ਉਹ 1400 ਦੀ ਥੈਲੀ ਪੈਂਦੀ ਆ, 1500 ਦੀ ਵੀ ਪੈਂਦੀ ਆ। ਹਾਂਜੀ ਹਾਂਜੀ। ਉਹਦੇ ਨਾਲੋਂ ਆਪਾਂ ਨੂੰ ਜਦੋਂ ਰਿਜ਼ਲਟ